ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕੁਲਵਿੰਦਰ ਕੌਰ ਹੈ। ਮੈਂ ਆਪਣੇ ਘਰ ਦੇ ਗੇਟ ਦੇ ਮੂਹਰੇ ਇਸ ਤੋਂ 4 ਸਾਲ ਪਹਿਲਾਂ ਮੋਟਰਸਾਈਕਲ ਤੋਂ ਅਸੀਂ ਡਿੱਗੇ ਸੀ। ਉਹਦੇ ਨਾਲ ਮੇਰੀ ਲੱਤ ਦਰਦ ਹੁੰਦੀ ਰਹੀ। ਫਿਜੀਓਥਰੈਪੀ ਕਰਵਾਉਂਦਿਆਂ ਇੱਕ ਦਿਨ ਬਹੁਤ ਦਰਦ ਹੋਈ। ਉਸ ਤੋਂ ਬਾਅਦ ਅਸੀਂ ਅਕਸਰਾ ਕਰਾਇਆ। ਅਕਸਰੇ ਵਿੱਚ ਮੇਰਾ ਚੂਲਾ ਕਰੈਕ ਹੋ ਗਿਆ ਜੀ। ਉਸ ਤੋਂ ਬਾਅਦ ਅਸੀਂ ਇੱਕ ਹੋਸਪਿਟਲ ਗਏ। ਉੱਥੇ 15 ਦਿਨ ਇਲਾਜ ਕਰਵਾਇਆ। ਉੱਥੇ ਰਿਪੋਰਟਾਂ ਹੋਣ ਕਾਰਨ ਸਾਨੂੰ ਪਤਾ ਲੱਗਾ ਵੀ ਇੱਥੇ ਕੈਂਸਰ ਬਣ ਚੁੱਕਾ। ਉਸ ਤੋਂ ਬਾਅਦ ਫਿਰ ਅਸੀਂ ਫਰੀਦਕੋਟ ਹੋਸਪਿਟਲ ਆਏ। ਉੱਥੇ ਪ੍ਰਦੀਪ ਸਰ ਨੂੰ ਮਿਲੇ। ਉਹਨਾਂ ਮੇਰਾ ਕੈਂਸਰ ਦਾ ਇਲਾਜ ਕੀਤਾ। ਕੀਮੋ ਲੱਗੀਆਂ। ਫਿਰ ਉਹਨਾਂ ਕਿਹਾ ਵੀ ਤੁਹਾਡਾ ਇਹ ਹੱਡੀਆਂ ਦਾ ਇਲਾਜ ਕੋਈ ਡਾਕਟਰ ਨਹੀਂ ਕਰ ਸਕਦੇ ਕਿਉਂਕਿ ਇਹ ਕੀਮੋ ਲੱਗ ਚੁੱਕੀਆਂ ਨੇ। ਫਿਰ ਸਾਨੂੰ ਕਿਸੇ ਨੇ ਦੱਸ ਪਾਈ ਤੁਸੀਂ ਅਮਨਦੀਪ ਹੋਸਪਿਟਲ ਅੰਮ੍ਰਿਤਸਰ ਜਾਓ। ਉੱਥੇ ਅਸੀਂ ਅਮਨਦੀਪ ਹੋਸਪਿਟਲ ਅੰਮ੍ਰਿਤਸਰ ਗਏ। ਉੱਥੇ ਅਸੀਂ ਅਵਤਾਰ ਸਰ ਨੂੰ ਮਿਲੇ। ਉਹਨਾਂ ਨੂੰ ਦਿਖਾਇਆ। ਉਹ ਕਹਿੰਦੇ ਵੀ ਤੁਹਾਡਾ ਆਪਰੇਟ ਅਸੀਂ ਇੱਕ ਸਪੈਸ਼ਲ ਜੋੜ ਮੰਗਵਾ ਕੇ ਤੁਹਾਡਾ ਆਪਰੇਟ ਕਰ ਦਾਂਗੇ। ਇਹਦੇ ਨਾਲ ਤੁਸੀਂ ਉਹਦਾ ਚੱਲ ਫਿਰ ਸਕੋਗੇ। ਅੱਜ ਹੁਣ ਮੇਰਾ ਆਪਰੇਟ ਹੋ ਚੁੱਕਾ ਹੈ। ਮੈਂ ਆਪਣੀ ਤੁਰ ਫਿਰ ਕੇ ਜ਼ਿੰਦਗੀ ਵਧੀਆ ਬਿਤਾਉਣੀ ਆ। ਮੈਂ ਅਵਤਾਰ ਸਰ ਦਾ ਬਹੁਤ ਬਹੁਤ ਧੰਨਵਾਦ ਕਰਨੀ ਆ ਕਿ ਮੈਂ ਆਪਣੀ ਜ਼ਿੰਦਗੀ ਤੁਰ ਫਿਰ ਕੇ ਬਿਤਾ ਰਹੀ ਹਾਂ। ਆਮ ਤੌਰ 'ਤੇ ਜਦੋਂ ਹੱਡੀਆਂ ਦਾ ਕੈਂਸਰ ਹੋ ਜਾਂਦਾ ਹੈ ਤਾਂ ਬਹੁਤ ਸਾਰੇ ਮਰੀਜ਼ਾਂ ਦੇ ਅੰਗ ਜਿਹੜੇ ਨੇ ਉਹ ਕੱਟਣੇ ਪੈ ਸਕਦੇ ਨੇ। ਜਿਸ ਤਰ੍ਹਾਂ ਜੇ ਤੁਹਾਡੇ ਗੋਡੇ ਦੇ ਆਸ ਪਾਸ ਕੈਂਸਰ ਹੋ ਜਾਏ ਤਾਂ ਲੱਤ ਕੱਟਣੀ ਪੈਂਦੀ ਹੈ। ਇਸੇ ਤਰ੍ਹਾਂ ਜੇ ਤੁਹਾਡੇ ਚੂਲੇ ਦੇ ਵਿੱਚ ਕੈਂਸਰ ਹੋ ਜਾਏ ਤਾਂ ਸਾਰੇ ਦਾ ਸਾਰਾ ਜਿਹੜੇ ਲੱਤ ਹੈ ਪੱਟ ਤੱਕ ਉਹ ਸਾਰੀ ਕੱਟਣੀ ਪੈਂਦੀ। ਪਰ ਹੁਣ ਲੇਟੈਸਟ ਜਿਹੜੇ ਇਲਾਜ ਨੇ ਉਹ ਆ ਚੁੱਕੇ ਨੇ ਜਿਹਦੇ ਵਿੱਚ ਕੈਂਸਰ ਤੋਂ ਬਾਅਦ ਵੀ ਅੰਗ ਕੱਟਣ ਦੀ ਲੋੜ ਨਹੀਂ ਪੈਂਦੀ। ਇੱਕ ਸਪੈਸ਼ਲ ਤਰ੍ਹਾਂ ਦਾ ਚੂਲੇ ਦਾ ਜੋੜ ਹੈ ਜਿਹੜਾ ਕੈਂਸਰ ਦੇ ਮਰੀਜ਼ਾਂ ਵਾਸਤੇ ਹੁੰਦਾ। ਉਹ ਪਾਉਣ ਦੇ ਨਾਲ ਅੰਗ ਕੱਟਣ ਦੀ ਲੋੜ ਨਹੀਂ ਹੁੰਦੀ। ਇਸੇ ਤਰ੍ਹਾਂ ਦਾ ਇੱਕ ਮਰੀਜ਼ ਜਿਹੜਾ ਸੀ ਉਹ ਸਾਡੇ ਕੋਲ ਤਕਰੀਬਨ 6 ਮਹੀਨੇ ਪਹਿਲਾਂ, ਜਿਹਨੂੰ ਸਾਰੇ ਪਾਸਿਓਂ ਜਵਾਬ ਮਿਲ ਚੁੱਕਾ ਸੀ ਕਿ ਤੁਹਾਡਾ ਆਪਰੇਸ਼ਨ ਨਹੀਂ ਹੋ ਸਕਦਾ। ਉਸ ਭੈਣ ਜੀ ਦਾ ਚੂਲੇ ਦਾ ਆਪਰੇਸ਼ਨ ਕਰਕੇ ਸਾਰਾ ਕੈਂਸਰ ਜਿਹੜਾ ਸੀ ਉਹਨੂੰ ਕੱਢ ਕੇ ਉਸ ਤੋਂ ਬਾਅਦ ਆਰਟੀਫਿਸ਼ੀਅਲ ਜਿਹੜਾ ਚੂਲਾ ਸਪੈਸ਼ਲ ਜਿਹੜਾ ਟਿਊਮਰਸ ਦੇ ਵਾਸਤੇ ਹੁੰਦਾ ਉਹ ਪਾਇਆ ਗਿਆ ਔਰ ਉਹ ਹੁਣ ਬੜੇ ਆਸਾਨੀ ਦੇ ਨਾਲ ਆਪਣੀ ਰੋਜ਼ ਦੀ ਜਿਹੜੀ ਜ਼ਿੰਦਗੀ ਹੈ ਉਹਨੂੰ ਜੀ ਰਹੇ।